ਅਸੀਂ ਅੱਜ ਪਹੁੰਚੇ ਹਾਂ ਪਿੰਡ ਮਾਧਪੁਰ ਵਿਖੇ, ਜਿੱਥੇ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਕਰਾ ਕੇ ਅੱਜ ਭੋਗ ਪਏ ਅਤੇ ਉਸ ਉਪਰੰਤ ਹੁਣ ਅਸੀਂ ਸਰਪੰਚ ਗੁਰਮੀਤ ਸਿੰਘ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਕਈ ਅੱਜ ਅਹਿਮ ਮੁੱਦਿਆਂ ਨੂੰ ਸੁਹਿਆ, ਉਹਨਾਂ ਨਾਲ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਪੂਰੇ ਕਿਵੇਂ ਹੋਣਗੇ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਚੌਥੀ ਵਾਰੀ ਸਰਪੰਚ ਬਣਨ 'ਤੇ ਪਹਿਲਾਂ ਦਾ ਬਹੁਤ ਬਹੁਤ ਮੁਬਾਰਕ ਜੀ। ਮੁਬਾਰਕਾਂ ਜੀ। ਸਭ ਤੋਂ ਪਹਿਲਾਂ ਮੈਂ ਅਜੀਤ ਵੈੱਬ ਦੇ ਜਿੰਨੇ ਦਰਸ਼ਕ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ, ਆਪਣੀ ਪੰਚਾਇਤ ਵੱਲੋਂ, ਆਪਣੇ ਨਗਰ ਨਿਵਾਸੀਆਂ ਵੱਲੋਂ ਵਧਾਈ ਦਿੰਦਾ ਅਤੇ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪਿੰਡ ਵਿੱਚ ਆ ਕੇ ਸਾਡਾ ਜਿਹੜਾ ਤੁਹਾਡੇ ਰੂਬਰੂ ਕੀਤਾ ਦਰਸ਼ਨ ਸਿੰਘ ਹੁਣਾਂ ਦਾ ਅਤੇ ਇਹਨਾਂ ਦੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡਾ ਜਿਹੜਾ ਅੱਜ ਦਾ ਭਾਸ਼ਣ ਸੀ ਉਹ ਅਸੀਂ ਸੁਣਿਆ, ਤੁਸੀਂ ਬਤੌਰ ਸਰਪੰਚ ਬਹੁਤ ਧਾਕੜ ਸਰਪੰਚ ਜਿਹਨੂੰ ਕਹਿੰਦੇ ਨੇ ਉਹ ਧਾਕੜ ਸਰਪੰਚ ਵਾਲੀਆਂ ਗੱਲਾਂ ਕੀਤੀਆਂ ਨੇ, ਤੁਸੀਂ ਨਸ਼ੇ ਨੂੰ ਬੰਦ ਕਰਨ ਵਾਲੀਆਂ ਗੱਲਾਂ ਕੀਤੀਆਂ ਨੇ, ਤੁਸੀਂ ਨਸ਼ਾ ਪੰਚਾਇਤ ਨਾਲ ਬੰਦ ਕਿਵੇਂ ਕਰੋਗੇ? ਗੱਲ ਇਸ ਤਰ੍ਹਾਂ ਦਰਸ਼ਨ ਸਿੰਘ, ਕੋਈ ਵੀ ਕੰਮ ਅਸੰਭਵ ਨਹੀਂ ਹੈਗਾ। ਬੰਦੇ ਦੀ ਜਿਹੜੀ ਨੀਤ ਹੈ, ਬੰਦੇ ਦਾ ਜਿਹੜਾ ਕੰਮ ਕਰਨ ਦਾ ਇੱਕ ਆਪਣਾ ਨਾ ਕੌਨਫੀਡੈਂਸ ਹੈ, ਪਿੰਡ ਦੇ ਸਹਿਯੋਗ ਦੇ ਨਾਲ ਕੋਈ ਵੀ ਕੰਮ ਸੰਭਵ ਹੈ। ਮੈਨੂੰ ਪੂਰਨ ਆਸ ਹੈ ਕਿ ਮੇਰੇ ਨਗਰ ਨਿਵਾਸੀ ਸਾਰੇ ਟੋਟਲ 100% ਨਗਰ ਨਿਵਾਸੀ ਮੇਰਾ ਸਾਥ ਦੇਣਗੇ। ਜਦੋਂ ਇਹਨਾਂ ਦਾ ਸਾਥ ਹੋਇਆ, ਨਸ਼ਾ ਤਾਂ ਕੀ, ਅਸੀਂ ਕੁਝ ਵੀ ਗਲਤ ਪਿੰਡ ਦੇ ਵਿੱਚ ਬੰਦ ਕਰਾਂਗੇ। ਕਿਸੇ ਤਰ੍ਹਾਂ ਦਾ ਨਸ਼ਾ, ਸ਼ਰਾਬ, ਉੱਕੀ, ਚਿੱਟਾ, ਜੋ ਕੁਝ ਵੀ ਹੈਗਾ, ਅਸੀਂ ਆਪਣੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਵਾਂਗੇ। ਲੇਕਿਨ ਇਹਦੇ ਲਈ ਸਹਿਯੋਗ ਪਿੰਡ ਦਾ ਜ਼ਰੂਰੀ ਹੈ। ਜਦੋਂ ਪਿੰਡ ਦਾ ਸਹਿਯੋਗ ਮੇਰੇ ਨਾਲ, ਫਿਰ ਮੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ। ਇਸੇ ਕਰਕੇ ਮੈਂ ਇੰਨੀ ਹਿੱਕ ਥਾਪੜ ਕੇ ਇਹ ਗੱਲ ਕਹਿਣਾਗਾ, ਜੇਕਰ ਅੱਧਾ ਪਿੰਡ ਤੁਹਾਡਾ ਸਾਥ ਦਿੰਦਾ ਹੋਵੇ, ਫਿਰ ਤੁਸੀਂ ਕਦੇ ਵੀ ਮਤਲਬ ਇਸ ਚੀਜ਼ ਨੂੰ ਬੰਦ ਨਹੀਂ ਕਰ ਸਕਦੇ। ਹਮੇਸ਼ਾ ਜਿਹੜੇ ਨਸ਼ੇ ਚੱਲਦੇ ਨੇ ਉਹਦਾ ਕਾਰਨ ਹੁੰਦਾ ਕੀ ਹੈਗਾ ਕਿ ਜਿਹੜੇ ਤੁਹਾਡਾ ਵਿਰੋਧ ਕਰਦੇ ਨੇ ਉਹ ਨਸ਼ੇ ਵਾਲੇ ਨੂੰ ਬਚਾਉਣ ਚੱਲ ਪੈਂਦੇ ਨੇ। ਜਿਵੇਂ ਹੁਣ ਮੈਂ ਇੱਥੇ ਬੇਨਤੀ ਕੀਤੀ ਆ ਕਿ ਕੋਈ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਤੁਰੂਗਾ। ਅਗਰ ਕੱਲ੍ਹ ਨੂੰ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਗਾ, ਕੋਈ ਬੰਦਾ ਫੜਿਆ ਜਾਂਦਾ ਗਾ, ਜਦੋਂ ਪਿੰਡ ਉਹਦੀ ਜ਼ਮਾਨਤ ਨਹੀਂ ਕਰਾਉਣ ਜਾਊਗਾ, ਉਹਦੇ ਮਗਰ ਨਹੀਂ ਜਾਊਗਾ, ਇੱਕ ਬੰਦੇ ਨੂੰ ਸਜ਼ਾ ਮਿਲ ਗਈ ਤਾਂ ਸਾਰਿਆਂ ਨੂੰ ਕੰਨ ਹੋ ਜਾਂਦੇ ਨੇ। ਲੇਕਿਨ ਮੈਨੂੰ ਪੂਰਨ ਆਸ ਹੈ ਇਹਦੀ ਵੀ ਲੋੜ ਨਹੀਂ ਪਵੇਗੀ। ਇਹ ਤੋਂ ਇਲਾਵਾ ਹੀ ਉਹ ਲੋਕ ਬਿਲਕੁਲ ਸੁਧਰ ਜਾਣਗੇ, ਸਮਝਣਗੇ, ਕਿਉਂਕਿ ਇਹ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਇਹ ਤਾਂ ਕਰਕੇ ਸੰਭਵ ਹੈ ਕਿਉਂਕਿ ਨਗਰ ਨਿਵਾਸੀਆਂ ਦਾ ਸਾਥ ਹੈ ਮੇਰੇ ਨਾਲ। ਇੱਕ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਬੜੀ ਜ਼ੋਰ ਸ਼ੋਰ ਨਾਲ ਵਿਕਾਸ ਦੀ ਗੱਲ ਕੀਤੀ ਹੈ ਵੀ ਨੌਜਵਾਨਾਂ ਨੂੰ ਵੀ ਕੰਮ ਦੇਵਾਂਗੇ, ਬੁੜੀਆਂ ਨੂੰ, ਔਰਤਾਂ ਨੂੰ ਵੀ ਕੰਮ ਦੇਵਾਂਗੇ, ਤੁਸੀਂ ਤਾਂ ਪਾਥੀਆਂ ਵਿਕਣ ਵਾਲੀ ਗੱਲ ਵੀ ਕੀਤੀ ਆ, ਉਹ ਕਿਵੇਂ ਹੋਊ? ਦੇਖੋ ਗੱਲ ਇਹ ਆ, ਅੱਜ ਕੱਲ੍ਹ ਜਿਹੜਾ ਹੁਣ ਜ਼ਮਾਨਾ ਹੈ, ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈਗਾ। ਪਹਿਲਾਂ ਸਮਾਂ ਲੰਘ ਗਿਆ, ਮੈਂ ਫੁੱਲ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ, ਮੈਨੂੰ ਹਰ ਇੱਕ ਚੀਜ਼ ਦਾ ਪਤਾ ਹੈਗਾ। ਪਾਥੀਆਂ ਦੀ ਗੱਲ ਹੀ ਲੈ ਲਓ, ਤੁਸੀਂ ਨੈੱਟ 'ਤੇ ਸਰਚ ਕਰੋ, ਜਾ ਕੇ ਐਮਾਜ਼ੋਨ ਦੇ ਉੱਤੇ ਜਾਓ, 190 ਰੁਪਏ ਦੀ ਇੱਕ ਪਾਥੀ ਵਿਕਦੀ ਹੈ, 190 ਰੁਪਏ ਦੀ ਇੱਕ ਪਾਥੀ ਗਊ ਦੇ ਗੋਹੇ ਦੀ, ਮੱਝ ਦੇ ਗੋਹੇ ਦੀ 150 ਦੇ ਕਰੀਬ। ਔਰ ਕਰਨਾ ਕੀ ਹੁੰਦਾ ਹੈਗਾ ਕਿ ਤੁਸੀਂ ਇੱਕ ਸ਼ੁਰੂਆਤ ਕਰਨੀ ਆ, ਤੁਸੀਂ ਇੱਕ ਸੁਸਾਇਟੀ ਬਣਾਉਣੀ ਹੈ ਐਮਾਜ਼ੋਨ ਨੂੰ, ਤੁਸੀਂ ਜੋ ਮਰਜ਼ੀ ਚੀਜ਼ ਹੈ ਜਿਹੜੀ ਤੁਸੀਂ ਵੇਚ ਸਕਦੇ ਹੋ ਔਰ ਦੁਨੀਆ ਦੇ ਵਿੱਚ ਜਾਂਦੀ ਹੈ, ਇੱਥੋਂ ਕੋਰੀਅਰ ਕਰਾਂਗੇ ਔਰ ਕੋਰੀਅਰ ਦੇ ਰਾਹੀਂ ਤੁਹਾਡੀ ਚੀਜ਼ ਹੈ ਜਿਹੜੀ ਇੱਥੋਂ ਘਰੋਂ ਵਿਕਦੀ ਆ। ਇਕੱਲੀ ਪਾਥੀਆਂ ਦੀ ਗੱਲ ਮੈਂ ਇੱਕ ਉਦਾਹਰਨ ਦੇ ਤੌਰ 'ਤੇ ਕੀਤੀ ਆ, ਇਹ ਤੋਂ ਇਲਾਵਾ ਇਸ ਤਰ੍ਹਾਂ ਦੇ ਅਨੇਕਾਂ ਕੰਮ ਨੇਗੇ ਜਿਹੜੇ ਸਾਡੇ ਲੋਕ ਘਰ ਬੈਠ ਕੇ ਕਰ ਸਕਦੇ ਨੇ। ਉਦਾਹਰਨ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਅਸੀਂ ਜ਼ਿਮੀਂਦਾਰ ਭਰਾ, ਅਸੀਂ ਮੱਝਾਂ ਰੱਖਦੇ ਹਾਂ, ਮੱਝਾਂ ਦਾ ਦੁੱਧ ਵੇਚਦੇ ਹਾਂ, ਖਰਚਾ ਬਹੁਤ ਆਉਂਦਾ, ਆਮਦਨ ਤੋਂ ਵੱਧ ਖਰਚਾ ਨਿਕਲ ਜਾਂਦਾ। ਲੇਕਿਨ ਬੱਕਰੀਆਂ ਨੇਗੀਆਂ, ਤੁਸੀਂ ਦੋ ਬੱਕਰੀਆਂ ਜ਼ਿਮੀਂਦਾਰ ਨੂੰ ਰੱਖਣੀਆਂ ਕਿੱਡੀ ਔਖੀ ਗੱਲ ਹੈਗੀ। 250 ਰੁਪਏ ਕਿਲੋ ਦੁੱਧ ਵਿਕਦਾ ਗਾ ਔਰ ਘਰੋਂ ਜਾਂਦਾ ਹੈਗਾ। ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਮਤਲਬ ਇਹ ਮੈਂ ਇੱਕ ਗੱਲ ਕਰ ਰਿਹਾ ਗਾ, ਇਹ ਤੋਂ ਇਲਾਵਾ ਅਨੇਕਾਂ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਬੀਬੀਆਂ ਘਰ ਬੈਠ ਕੇ ਕਰ ਸਕਦੀਆਂ ਨੇ ਔਰ ਘਰੋਂ ਚੀਜ਼ ਹਰ ਇੱਕ ਤੁਹਾਡੀ ਮਤਲਬ ਜਿਹੜੀ ਅੱਗੇ ਦੁਨੀਆ ਦੇ ਵਿੱਚ ਜਾਂਦੀ ਹੈ। ਅਤੇ ਲੇਕਿਨ ਇਹਦੀ ਅਗਵਾਈ ਕਰਨ ਵਾਲਾ ਕੋਈ ਚਾਹੀਦਾ ਗਾ। ਹੁਣ ਅਗਰ ਅਸੀਂ ਅੱਗੇ ਜਿਵੇਂ ਮੰਨ ਲਓ, ਸਪੋਜ਼ ਕਰ ਲਓ ਮੋਟੇ ਤੌਰ 'ਤੇ ਕੰਮ ਵੀ ਜੀ, ਆਪਾਂ ਨਾਲੀਆਂ ਪੱਕੀਆਂ ਕਰਤੀਆਂ, ਗਲੀਆਂ ਪੱਕੀਆਂ ਕਰਤੀਆਂ, ਇਹ ਤਾਂ ਇੱਕ ਬੇਸਿਕ ਕੰਮ ਨੇ। ਗੱਲ ਤਾਂ ਮੇਨ ਲੋਕਾਂ ਨੂੰ ਕੰਮ ਦੇਣ ਦੀ ਹੈਗੀ। ਜੇਕਰ ਤੁਸੀਂ ਕੰਮ ਲੋਕਾਂ ਨੂੰ ਦਿੰਦੇ ਹੋ, ਇੱਜ਼ਤ ਦੀ ਰੋਟੀ ਖਾਣਗੇ। ਇੱਜ਼ਤ ਦੀ ਰੋਟੀ ਬਹੁਤ ਮੁਸ਼ਕਲ ਮਿਲਦੀ ਆ। ਮੈਂ ਇਹ ਤਹੀਆ ਕੀਤਾ ਗਾ
कि हर एक परिवार को हर एक बीबिया जिहड़े हुण मान लो नौजवान ने नशा करदे क्यों ने, क्योंकि कम नहीं हैगा, जदों कम नहीं मिलदा उन्हां नूं फिर बंदा मतलब नशे खा के बस मतलब आपदा जिंदगी लंघाई जांदा। लेकिन जे उन्हां नूं कम मिले, चार पैसे आउण हथ नूं, 1,000 रुपया, 500 रुपया, 2,000 रुपया जिहदी जेब 'च पऊगा उहनूं फिर अपने आप ही लगन लग जांदी आ। सो ये जिहड़े कम नेगे ये मैं कल्ली भाषण नहीं कीता, ये मैं करके दिखावांगा। और मैनूं इहदा एक एक जिहड़ा असीं ब्ल्यू प्रिंट है वह तैयार किया होया गा, और इहनूं असीं इसे महीने एन पूरा इन्हां दे सहयोग दे नाल इहनूं मैं लागू करूँगा। और मैं तुहानूं एक अगली गल कहना जिहड़ी मैं कही हैगी कि नमूने दे पिंड जिहड़े पंजाब दे विच पंज पिंड जिहड़े पूरे टॉप पिंड ने उहनां पिंडां दी उदां तां मैं सारी टोटल उहनां नूं सर्च कर चुकिया गा, सारियां उहनां दीआं सुन चुकिया, लेकिन उहनां पिंडां दे विच जावांगे। उहनां पिंडां दे बराबर दा पिंड बनाउण दी खातर मतलब सहयोग तां लैणा पैणा है सारे नगर दा, NRI बच्चों का और सरकारां दा। वो किवें शुरू करना गा ये उन्हां तो गाइडेंस लवांगे। और मैं तुहानूं अज इनवाइट करना, जदों 2 साल जां अद्धा समा होया 2.5 सालां नूं तुहानूं असीं पिंड दे विच बुलावांगे ते तुहानूं दिखावांगे कि दर्शन जिहड़ा असीं पहले दिन जो किया सीगा उहदे ते असीं आह कम शुरू करता। और उहदे लई अजे तक नगर निवासियां नूं पता नहीं, अगले हफ्ते तक पता लग जू, कम असीं शुरू कर दिता, 2-4 दिनों दे विच स्टार्ट हो जाएगा। लेकिन इन्हां नूं स्टार्ट करके ही दसांगे, अजे असीं मतलब मूँह जवानी गल दसनी नहीं चाहुंदे, कम साडा शुरू हो चुक्या गा। हांजी, सरपंच गुरमीत सिंह महंतपुर दा कहना है कि पिंड दे नौजवानां नूं बीबियां नूं किसी नूं भी बेरोजगार नहीं रहण दिता जाएगा, सब नूं कम दिता जाएगा ते पिंड नूं ਮਾਡਲ ਨਵੇਂ ਨਮੂਨੇ ਦਾ ਬਣਾਇਆ ਜਾਵੇਗਾ। ਕੈਮਰਾਮੈਨ ਲਖਵਿੰਦਰ ਸਿੰਘ ਟਿੱਬਾ ਦੇ ਨਾਲ ਦਰਸ਼ਨ ਸਿੰਘ ਖੇੜੀ, ਸ਼ੇਰਪੁਰ ਤੋਂ।